ਜਿਹੜਾ ਨਮਾਜ਼ ਹੀ ਪੜ੍ਹਦਾ ਤੇ ਹਾਲਾ ਰੱਖੂ ਜ਼ਕਾਤ ਦਿੰਦਾ। ਅਲੀ ਵਾਲੇ ਜੀਓ ਮਿਲ ਕੇ ਹੱਥ ਚਾ ਕੇ ਅੱਛਾ ਇਹ ਠੱਡੇ ਠੱਡੇ ਨਾਰੇ ਕਿਉਂ ਮਰਦੇ ਬੈਠੇ? ਇੰਨਾ ਬੇੜੀ ਵਾਲੇ ਨਾਰਿਆਂ ਦਾ ਗੋਹਰ ਬਾਸ ਕੈਲ ਨਹੀਂ। ਇੱਕ ਬੰਦੇ ਕੀਤਾ ਸਵਾਲ ਇਮਾਮ ਜਾਫਰ ਸਾਦਿਕ ਤੇ ਮੌਲਾ ਜ਼ਿਕਰ ਹੋਵੇ ਤੁਹਾਡੇ ਡਾਡੇ ਅਲੀ ਦਾ, ਬੰਦੇ ਜਾਗਦੇ ਬੈਠੇ ਹੋਵੇ, ਸਾਹ ਲੈਂਦੇ ਬੈਠੇ ਹੋਵੇ, ਸਾਹ ਉੱਤੇ ਇੱਥਾ ਆਂਦਾ ਪਿਆ ਹੋਵੇ, ਅਲੀ ਦੀ ਫਜ਼ੀਲਤ ਸੁਣ ਕੇ ਚਿਹਰਿਆਂ ਤੇ ਮੁਸਕਰਾਟ ਆ ਜਾਵੇ, ਹੱਥ ਇੱਥੇ ਬੁਲੰਦ ਹੋ ਜਾਵੇ, ਸਰਕਾਰ ਮਜਲਿਸ ਕੋਈ ਪੜ੍ਹ ਰਹੀ ਹੋਵੇ ਫਜ਼ੀਲਤ ਅਮੀਰ ਕਾਇਨਾਤ ਦੀ ਕੋਈ 14 ਅਜਰ ਦੇ ਸੋ, ਇਮਾਮ ਫਰਮਾਏ ਮੈਂ ਸਾਦਿਕ ਹਾਂ, ਮੈਂ ਗਰੰਟੀ ਪੇ ਦੇਣਾ, ਮੈਂ ਜ਼ਮਾਨੀਅਤ ਪੇ ਦੇਣਾ, ਜਿਹੜਾ ਮੇਰੇ ਡਾਡੇ ਦੀ ਫਜ਼ੀਲਤ ਇੱਥੇ ਬੋਲਾ, ਜਿੱਦਾਂ ਮਰਸੀ ਦੇ ਤਵੀਜ਼ ਕਬਰ ਬੰਦ ਹੋਵੇ ਸੀ, ਹਰ ਕੋਈ ਦਫਨਾ ਤੇ ਘਰ ਵਾਲਾ ਸੀ, ਜਿੱਦਾਂ ਕਬਰ ਚ ਔਖੇ ਸਵਾਲ ਹੋਸੇ ਨਾ, ਜਿਹੜਾ ਇੱਥੇ ਅਲੀ ਦੀ ਵਿਲਾਇਤ ਬੋਲਾ, ਇਮਾਮ ਫਰਮਾਏ ਮੈਂ ਗਰੰਟੀ ਪੇ ਦੇਣਾ, ਕਬਰ ਚ ਔਖੇ ਸਵਾਲਾਂ ਦੀ ਜਾਤ ਉਹਦੀ ਜਗ੍ਹਾ ਤੇ, ਜਾਂ ਮੈਂ ਬੋਲੇ ਸਾਇਆ ਮੇਰਾ ਤੁਹਾਡਾ ਅਲੀ ਅਲੀ ਹੈ। ਹਲਾਲੀ ਔਰ ਹਰਾਮੀ ਦੀ ਪਹਿਚਾਨ ਦਾ ਨਾਮ, ਇੱਕ ਸਵੱਟੀ ਏ ਵਜ਼ਨ ਏ ਤਰਾਜ਼ੂ ਏ। ਇੱਕ ਬੰਦੇ ਆਖਿਆ ਸੀ ਸਰਕਾਰ ਕੋਈ ਹਲਾਲੀ ਤੇ ਹਰਾਮੀ ਦੀ ਪਹਿਚਾਣ ਦੱਸੋ। ਕੁਰਾਨ ਦੀ ਕਸਮ ਏ, ਕਾਫੀ ਟਾਈਮ ਹੋ ਗਿਆ ਮੈਂ ਕੁੱਪੜਦੇ ਹਾਂ, ਮੈਂ ਜ਼ਿਕਰ ਨਾਲ ਦੋ ਨੰਬਰੀ ਨਹੀਂ ਕੀਤੀ, ਪਤਾ ਨਹੀਂ ਲੋਕ ਕਿਆ ਕਰ ਰਹੇ ਹਨ। ਜਿਹੜਾ ਬਹਿ ਗਿਆ ਮੈਂ ਮੁਤਮਿਨ ਜ਼ਾਕਿਰ ਹਾਂ, ਅਲਹਮਦੁਲਿਲਾ ਤੇਰੀ ਕਬੂਲੀਅਤ ਤੇ ਤੂੰ ਬਹਿ ਗਈ, ਜਿਹਦੀ ਮਨਜ਼ੂਰੀ ਹੁੰਦੀ ਉਹ ਜ਼ਿਕਰ ਸ਼ਾਮਿਲ ਹੋ। ਚਲੋ ਗਰਮੀ ਹੈ, ਟੁਰ ਗਏ, ਵਰਤਾ ਵੈਸਨ ਕਿਉਂ ਪਰੇਸ਼ਾਨ ਹੋਏ ਖਲੇ। ਉਸ ਅੱਗੇ ਸਰਕਾਰ ਕੋਈ ਹਲਾਲੀ ਤੇ ਹਰਾਮੀ ਦੀ ਪਹਿਚਾਣ ਦੱਸੋ। ਸਰਕਾਰ ਫਰਮਾਇਆ ਮੈਂ ਅੱਲਾ ਦੀ ਵਹੀ ਤਿਲਾਵਤ ਦੀ ਬੋਲਿਆ ਨਾ, ਮੈਂ ਉਸ ਤੇ ਬੋਲੇ ਨਾ ਜਿਹਦਾ ਅੱਲਾ ਵਹੀ ਭੇਜੇ, ਮੇਰੀ ਜ਼ੁਬਾਨ ਨੁਤਕ ਨਹੀਂ ਕਰਦੀ। ਮੈਂ ਫਿਰ ਪੁੱਛਿਆ ਤਾਂ ਮੈਂ ਦੱਸਦਾ, ਅਗਰ ਹਲਾਲੀ ਤੇ ਹਰਾਮੀ ਦੀ ਪਹਿਚਾਣ ਦਾ ਫਰਕ ਮਹਿਸੂਸ ਕਰਨਾ ਹੋਵੇ, ਉਹਦੇ ਸਾਹਮਣੇ ਮੇਰੇ ਭਰਾ ਅਲੀ ਦਾ ਜ਼ਿਕਰ ਚੱਛੇ ਨੇ। ਜਿਹਦਾ ਚਿਹਰੇ ਤੇ ਮੁਸਕਰਾਟ ਦਿਲ ਠਰ ਜਾਵੇ ਉਹ ਮਾਂ ਨੂੰ ਦੁਆ ਕਰੇ ਜੇ ਹਲਾਲ ਜ਼ਿਆਦਾ ਜਾਏ, ਤੇ ਜਿਹਦੇ ਚਿਹਰੇ ਤੇ ਵੱਟ ਆਵੇ। ਹੁਣ ਤੁਸੀਂ ਬੋਲੋ ਅਗਲੀ ਗੱਲ, ਹੁਣ ਪਿਓ ਤਿਲਾਸ਼ ਕਰਨਾ ਚਾਹੀਦਾ। ਅਲੀ ਆਲਾ ਹਲਾਲੀ ਆਉਂਦਾ ਬਾਬਾ, ਪਹਿਲਾ ਵਾਲੀ ਬੋਲੋ ਭਾਈ, ਦੂਸਰਾ, ਤੀਸਰਾ ਕੌਣ ਹੈ? ਨਮਾਜ਼ ਹੀ ਪੜ੍ਹੇ ਹਾਲਤ ਰਕੂ ਵਿੱਚ, ਜ਼ਕਾਤ ਦੇਵੇ। ਇੱਕ ਹੈ ਲਿੱਤੀ ਹੈ ਜ਼ਕਾਤ, ਬੋਲੋ ਅਲੀ ਦਿੱਤੀ ਹੈ। ਕਿਤਾਬ ਵਾਲੇ ਕਮਾਲ ਦੇ ਜੁਮਲੇ ਲਿਖਣ, ਮੈਂ ਮਿੰਬਰ ਤੇ ਬਿਆਨ ਕਰਨ, ਮੌਲਾ ਅਲੀ ਨਮਾਜ਼ ਪੜ੍ਹਾ ਰਹੇ ਨੇ, ਪਿੱਛੇ ਨਮਾਜ਼ੀ ਇੱਕ ਬੰਦਾ ਦਾਖਿਲ ਹੋਇਆ, ਬਸ ਮੰਗਣ ਵਾਲੇ ਬੜੇ ਤੇਜ਼ ਹੁੰਦੇ, ਅਗਰ ਗੱਡੀ ਚ ਕਿ ਨਹੀਂ ਅਲਮ ਵੇਖਣ ਚਾ ਕਿ ਮੋਮਿਨ ਦੇ ਹੱਥ ਚ ਕੜੀ ਵੇਖਣ ਦੇ ਅਲੀ ਦੇ ਨਾਂ ਤੇ ਦੇ, ਹਾਏ 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 ਸ਼ਾਲਾ ਜੀਂਦੇ ਰਹੋ। ਹਕੀਮ ਸਾਹਿਬ ਮੈਂ ਯਾਦ ਆਉਂਦਾ, ਮਿਲਿਆ ਜਦਾਂ ਹੀ ਹੈ ਮਿਲਿਆ 14 ਦੇ ਨਾਂ ਤੇ, ਜਿਹਦੇ ਨਾਂ ਤੇ ਬੰਦਾ 10 ਰੁਪਏ ਕਿਸੇ ਨੂੰ ਨਹੀਂ ਦਿੰਦਾ, ਉਹ ਤਾਂ ਕੋਈ ਜੰਨਤ ਦੇ ਸਕਦੇ ਨੇ? ਬੋਲੋ, ਮੰਗਣ ਵਾਲਾ ਬੜਾ ਤੇਜ਼ ਆਈ। ਅਲੀ ਨਮਾਜ਼ ਪੜ੍ਹਾ ਰਹੇ, ਅਲੀ ਦੀ ਨਮਾਜ਼ ਜਾਰੀ, ਮਸਜਿਦ ਖਮੋਸ਼। ਸਵਾਲੀ ਸਵਾਲ ਕੀਤਾ, ਕੋਈ ਹੈ ਜਿਹੜਾ ਅੱਲਾ ਦੇ ਨਾਮ ਤੇ ਦੇਵੇ? ਵੱਧ ਤੋਂ ਸਾਖਿਆ, ਕੋਈ ਹੈ ਜਿਹੜਾ ਅੱਲਾ ਦੇ ਨਾਮ ਤੇ ਦੇਵੇ? ਤੀਸਰੀ ਦਫਾ ਮੈਂ ਮਾਹੌਲ ਬਣਾਉਣ ਵਾਸਤੇ ਅਮੀਰ ਕਾਇਨਾਤ ਦੇ ਜੁਮਲਾ ਪੜਿਆ, ਮੈਂ ਮਸੇ ਪੜ੍ਹ, ਤੀਸਰੀ ਦਫਾ ਉਹ ਸਵਾਲ ਹੀ ਉਹ ਕੀਤੇ, ਲੇਕਿਨ ਆਪਣੇ ਚਿਹਰੇ ਦਾ ਰੁੱਖ ਤਬਦੀਲ ਕਰਕੇ ਅਸਮਾਨ ਨੂੰ ਦਿੱਥਸ ਦੇ, ਐਂ ਹੱਥ ਵਧਾ ਕੇ ਆਦਾ ਅਲੀ ਅੱਲਾ ਬੋਲੇ, ਦੂਸਰੇ ਦੀ ਜ਼ਰੂਰਤ ਹੀ ਨਹੀਂ, ਆਦਾ ਮੇਰਾ ਅੱਲਾ ਤੂੰ ਗਵਾਹ
ਤੇਰੇ ਦਰਬਾਰ ਚੋਂ ਮੈਂ ਖਾਲੀ ਵੱਲਾ ਵੈਨਾ। ਇੰਨੀ ਗੱਲ ਖਤਮ ਨਹੀਂ ਹੋਈ ਜੋ ਤੇਰੇ ਮੁਰਸ਼ਿਦ ਅਲੀ ਹੱਥ ਵਧਾਇਆ ਹੈ। ਅਲੀ ਹੱਥ ਵਧਾਏ, ਅਲੀ ਦਿੱਤੀ ਹੈ ਅੰਗੁਸ਼ਤਰੀ ਸੁਲੇਮਾਨ, ਮੌਲਾ ਦਿੱਤੀ ਹੈ ਮੰਗਣ ਵਾਲੇ ਤੂੰ ਖੈਰਾਤ ਜ਼ਕਾਤ। ਅੱਜ ਤਾਈਂ ਮੈਂ ਕਿਸ ਕਿਤਾਬ ਵਿੱਚ ਨਹੀਂ ਪੜਿਆ, ਹਾਜ਼ਰ ਬੈਠੇ ਬਈ ਤੋੜ ਤਾਈਂ, ਜੋ ਕਿਸੇ ਸੁੰਨੀ ਸ਼ੀਆ ਬਿਰਾ ਲਿਖੇ ਹੋਏ ਆਪਣੀ ਕਿਤਾਬ ਵਿੱਚ, ਜੋ ਅਲੀ ਦੇ ਜ਼ਕਾਤ ਦੇਵਣ ਨਾਲ ਪੂਰੀ ਤਵੱਜੋ ਮੇਰੇ ਪਾਸੇ ਕਰ। ਬਿਸਮਿਲ੍ਲਾ ਕਰਾਂ ਬਾਬਾ ਜੀ ਯਾਦ ਤੇ ਹੁਣ ਮੈਂ ਪੜ੍ਹ ਲਵਾਂ। ਕਿ ਕਿਤਾਬ ਵਾਲੇ ਨਹੀਂ ਲਿਖਾ ਜੋ ਅਲੀ ਦੇ ਜ਼ਕਾਤ ਦੇਵਣ ਨਾਲ ਅਲੀ ਦੀ ਨਮਾਜ਼ ਹੋਈ ਹੋਵੇ ਬਾਤਿਲ, ਫਿਰ ਅਕਲ ਦਾ ਇਲਾਜ ਕਰ ਔਰ ਮੰਨ ਜਾ ਕਿ ਅਲੀ ਸ਼ਰੀਅਤ ਦੇ ਮਤਾਹਿਤ ਨਹੀਂ, ਸ਼ਰੀਅਤ ਅਲੀ ਦੇ ਮਤਾਹਿਤ। ਖੁਦ ਫਰਮਾਇਆ ਨਬੀ ਨੇ ਮੇਰਾ ਅੱਲਾ ਹੱਕ ਨੂੰ ਉਦੇ ਫੇਰ ਜਿਹਦੇ ਮੇਰਾ ਬਿਰਾ। ਅਲੀ ਹੈ ਸਿਰਾਤ ਮੁਸਤਕੀਮ, ਅਲੀ ਹੈ ਮੋਮਿਨ ਦੀ ਨਮਾਜ਼, ਅਲੀ ਹੈ ਹਿਦਾਇਤ। ਬੋਲੋ, ਅਲੀ ਹੈ ਮੁਤਕੀ ਦਾ ਇਮਾਮ, ਅਲੀ ਹੈ ਪਰਹੇਜ਼ਗਾਰ ਦਾ ਇਮਾਮ। ਮੈਂ ਕੁਛ ਸਮਝ ਨਹੀਂ ਆਉਂਦੀ ਮੁਸਲਮਾਨਾਂ ਦੀ, ਮਲੰਗ ਬਾਬਾ ਮੇਰੂ ਦੇ, ਮੈਂ ਕੁਛ ਸਮਝ ਨਹੀਂ ਆਈ। ਨਬੀ ਆਖੇ ਜੰਨਤ ਹੈ ਕਹਿ ਡਿੱਠੀ ਹੈ, ਇਹਨੀ ਕਰੋ ਛੱਡ ਵੇਖੀ। ਬੋਲੋ, ਨਬੀ ਆਖਿਆ ਜਹੰਨਮ ਹੈ ਕਹਿ ਡਿੱਠੀ ਹੈ, ਨਹੀਂ ਮੰਨ ਲਈ ਜਾਂਦੀ ਬਈ ਜਿਹੜੀ ਜਿਹੜੀ ਸ਼ਾਇ ਨਬੀ ਛੁਪਾ ਤੇ ਮਨੇਂਦੇ ਗਏ ਉਹ ਕੁ ਤਾਂ ਮਨੇਂਦਾ ਕੀ ਹੈ, ਤੇ ਜਿਹਦਾ ਹੱਥ ਨਾਪ ਤੇ ਆਖਿਆ ਨੇ ਮਨ ਕੌਣ ਤੋਂ ਮੌਲਾ ਹੋ। ਕੰਜੂਸ ਹੁੰਦਾ ਬੰਦਾ ਜਿਹੜਾ ਅਲੀ ਦਾ ਨਾਮ ਹੀ ਨਹੀਂ ਚਾਹੁੰਦਾ। ਹੁਣ ਤੁਹਾਡੇ ਹਿੱਸੇ ਦਾ ਨਾਰਾ ਮੇਰਾ ਦਿਲ, ਮੈਂ ਖੁਦ ਦਾ ਦੀ ਦੇਵਾਂ ਚਾ ਕਿਆ ਬਾਤ ਹੈ ਵੀ ਗੋਹਰ ਬਸ ਤੇ ਨਾਰਾ ਹੀ ਮੈਂ ਮਰਿਆ ਨਾ ਮਿਲ ਕੇ ਬੋਲੋ ਹੈ ਜੈ ਕੋ ਵਿਖਾਇਆ ਨੇ ਤੇ ਐਲਾਨ ਕੀਤਾ ਨੇ ਮਨ ਕੁੰਤ ਮੌਲਾ ਹੋ ਫਹਾਜ਼ਾ। ਤੇ ਹੁਣ ਤਾਰਿਕ ਜਮੀਲ ਮੰਨੀ ਖਲੈ ਲੋਕਾਂ ਉਸ ਤੇ ਫਤਵੇ ਲੈਣ ਕਿ ਤੂੰ ਸ਼ੀਆ ਹੋ ਗਈ ਹੈ, ਤੂੰ ਅਲੀ ਨੂੰ ਮੌਲਾ ਕਿਹਾ ਸਕੇ, ਅਕਲ ਕਾ ਇਲਾਜ ਕਰੋ। ਮੈਂ ਤੋ ਅਲੀ ਕੋ ਮੌਲਾ ਕਹੂੰਗਾ ਕਿਉਂਕਿ ਮੈਨੇ ਨਹੀਂ ਕਹਿਣਾ, ਨਬੀਓ ਕੇ ਸਰਦਾਰ ਨੇ ਖੁਦ ਕਹਾ ਤਾ ਜਿਸ ਕਾ ਮੈਂ ਮੌਲਾ ਉਸ ਕਾ ਅਲੀ। ਅਲੀ ਕੋ ਸੋਚ ਨਹੀਂ, ਜੈ ਸੋਚਿਆ ਉਹ ਸ਼ੈਤਾਨ ਬਣਿਆ, ਤੇ ਜੈ ਮੰਨਿਆ ਕਿਆ ਬਾਤ ਹੈ ਯਾਰ ਮਾਰਫਤ ਲੈ। ਉਹ ਬੂਜ਼ਰ ਮੰਨਿਆ ਬਣਿਆ, ਕੰਬਰ ਬਣਿਆ, ਮਿਕਦਾਦ ਬਣਿਆ ਮੀਸਾ ਮੇ ਅਲੀ ਕੋ ਮੰਨ। ਅਲੀ ਦੀ ਮੁਹੱਬਤ ਚ ਅਗਰ ਜ਼ਮਾਨਾ ਸੁਜਾਣ ਵੈਂਦਾ ਅਲੀ ਦੀ ਵਿਲਾਇਤ ਨੂੰ, ਅਲੀ ਦੀਆਂ ਧੀਆਂ ਜੰਗਲਾਂ ਬਾਜ਼ਾਰਾਂ 'ਚ ਰੱਸੀਆਂ ਕੜੀਆਂ ਪਾ ਕੇ। ਤੁਹਾਡੇ ਦਿਲ ਦਾ ਦਰਦ ਹੈ, ਇਹ ਰੋਵਣ ਦਾ ਪਤਾ ਤੁਹਾਨੂੰ ਕਬਰ 'ਚ ਲਗਸੀ ਜੋ ਕਿਤਣਾ ਸਵਾਬ ਹੈ। ਔਖੀ 17 ਮੇਰੇ ਜ਼ਿੰਮੇ ਲਾਈਆਂ ਨੇ ਕਿਉਂਕਿ ਮੈਂ ਆਦੋ ਨਾ ਜਿੱਥ ਮਜਲੇ ਸ਼ਾਹ ਦੀ ਥੀਂਦੀ ਹੈ, ਸ਼ਾਹ ਆਦੇ ਅਬਾਸ ਬਿਰਾ ਨੂੰ ਲੱਗਾ ਵਾ ਗਾਜ਼ੀ ਸ਼ਾਮ ਦੇ ਰਾਤੇ ਉੱਥੋਂ ਗੇਨਾ ਆਉਣ ਮਹਿਮਾਨ ਨੂੰ, ਉਹਨੂੰ ਆਖ ਹੁਣ ਹੈ ਆਜ਼ਾਦੀ ਰੋਵਣ ਦੀ। ਭਲਾ ਵੀ ਸਹਾਇ ਦਾ ਤੈਨੂੰ ਕਬਰ 'ਚ ਪਤ ਲੱਗ ਸੀ ਜੋ ਕਿਤਣਾ ਸਵਾਬ ਹੈ। ਇਹ ਕਿਤਾਬ ਹੈ ਜ਼ਿਆਰਾ ਤਿੰਨ ਆਈਆ। ਅੱਛਾ ਮੈਂ ਬਿਸਮਿਲ ਕਰਾਂ, ਮੈਂ ਵੱਧ ਪੜ੍ਹ ਦੇਣਾ। ਜਿੱਥ ਮਜਲੇ ਸ਼ਾਦੀ ਥੀਂਦੀ ਹੈ
شہادہ عباس بیرانو لگا وانج غازی شام دراتے اتھو گھنا آن دیمانو انو آکھوڑ ہی آزادی رو بڑھ دی آ رو گھن پیو دکھیانو اکبر ویندہ شیر مدینے گھن آسیب ہیں زیارت نہ یدی کتاب حکیم صاحب پتروں دی زندگی بڑے بڑے عزادار سارے ماتمی ہیں بیٹھے اور امام زمانہ بابا آج بھی پردہ غیبت چھ پانی نہیں رات روم دے تیرو کیا تھا مومن جدہ ساڑی مجلس چاہیا کار ہائی این کی تھی کار جیوے یار انو چویٹ ویڈ کی صدقے اے مومن مرد آباد رہویں علی عمران مولا پوتر دے بھی ذکر دے صدقے کوئی جیڑا غریب ہوئے ہاتھ نہیں جڑے اندہ سیدان اولاد زہران آج پنجی محرم دا تو گھٹ نہیں آج اس امام دا جنازہ ہے جیڑا شام شام کر کے مارے میں ہاتھ جوڑی کھلا زادہ رہا ہوں مجلس جہائے کیتی کرو بھلا ہوئی بھلا ہوئی اے شگل دی جان نہیں اے تماشے دی جان نہیں جو دھیاں بہن رہ لا کے دسو اے پردے دار ہر جات بندہ لے ویندا اے حکیم صاحب بابا اے دھیاں بہن بندہ اتھے لے ویندا جتھ نبھدی نہیں جاندا اے اج ہوندا جنازہ اے جے جنازے دی اکڑیاں اج وی جنازہ انشاءاللہ ماتم قبول ہوئی انشاءاللہ مات بہن نصیبوں میں انشاءاللہ کوئی غم نہ دیکھی یار جوان ہوتے تو چہرے دا ماتم کیتے نہیں روندے جوان اگر جوان رو پویں تے 40-40 سال پانی نہیں خون روندے اوکھی سترن دا حکمے مینوں آکھیا نے اج حسن دے یتیم دا لہنا سنا میرے نال وعدہ کرو ہنج نہ ہوئے ہائے تڑی کریں جو نال اللہ تیرا گواہ بنے میں پڑھا چا یتیم دا لہنا ایک خیمہ آج ودا محرم ہے نا گھڑ تو نہیں نا پنجی ہے نا بابا مومنہ دا گھٹ نہیں ایک خیمہ ترے شبیاں بیٹھی ہیں شبیع پیغمبر شہزادہ علی اکبر شبیع جناب علی حضرت عباس شبیع جناب حسن شہزادہ قاسم اکبر ای کرتے چاچا دے قدمت ہاتھ لا کے دے چاچا کل ہے قربانیاں دا دے مت کہیں دے ذہن وچ گھمنڈ ہوے جو میں ہاتھ جڑے سہائے کر نہیں منت نہیں کر دی اڈا محرم میں رج کے مہمان دے متا تڑی زندگی دی آخری مجلس ہو کوئی پتہ ہے بابا سادہ وی سادہ اے آخری ہو سکدا ہے میری ہوے میں اگے مجلس تے لاہور نہ پڑ سکدا کل ہے قربانی اندر دے کل سارا تو پہ میدان میں ویسا تڑی جوانی دی قسم ہے عباس اکبر نو ہاں اللہ کیا دے استاد ہونے شاگرد نہیں ہوئے بھلا بھلا بھائی کھڑیاں کر کے روڑا لبا نالے بسم اللہ بابا بسم اللہ بابا نالے تو ہیں مصطفیٰ دی شکل اللہ اکبر تیرے ٹرن نال نقصان ہوسی تے ٹرنے میرے آقا دی بینائی مٹو عباس ادا میں ویسا اکبر ادھر نہیں چاچا تسی نہیں جانا میں ہی تے بابے تو سنے میرا بابا پیا تے غازی ہے میری کمر دسو دعا منگی کر شالا کہیں دے کڑی الجوان بھیرا نہ مرے اے دنیا دا رواج ہے تسا ڈٹھا بھیرا ماں دیے چاچا کمرہ ترٹ ویندی ہیں اے اسرار ودھا اکبر ادھر میں ویسا عباس آدھے میں ویسا ہون میں ویکھا کتنے ماتمین
ਜਿਨ੍ਹਾਂ ਦੀ ਹਾਏ ਸੁਣ ਕੇ ਮਾਂ ਕਾਸਿਮ ਦੀ ਪਰਦੇ ਤੇਰੇ ਹੱਕ ਵਿੱਚ ਦੁਆ ਕਰਕੇ ਟੁੱਟ ਜਾਵੇ। ਕਾਸਿਮ ਆਦਾ ਮੈਂ ਵੈਸਾ, ਅਕਬਰ ਆਦਾ ਮੈਂ ਵੈਸਾ, ਅਜ਼ਾਦਾਰੋ ਜਿਵੇਂ ਜੋ ਬੈਠਾ ਹੀ ਨਾ 13 ਸਾਲਾਂ ਦਾ ਯਤੀਮ। ਇੱਕ ਅਕਬਰ ਦੇ ਕਦਮਾਂ ਤੇ, ਦੂਜਾ ਅੱਬਾਸ ਦੇ ਕਦਮਾਂ ਤੇ ਲਾ ਕੇ, ਚਾਚਾ ਤੂੰ ਹੀ ਨਾ ਜਾ, ਅਕਬਰ ਤੂੰ ਹੀ ਨਾ ਜਾ, ਚਾਚਾ ਤੂੰ ਤੁਰੇ ਤਾਂ ਨੁਕਸਾਨ ਆਉਂਦਾ ਹੈ, ਕਮਰ ਟੁੱਟਦੀ ਹੈ, ਅਕਬਰ ਤੂੰ ਤੁਰੇ ਨੁਕਸਾਨ ਆਉਂਦਾ ਹੈ, ਮੀਰਾਈ ਮੁਕਦੀ ਹੈ। ਅੱਲਾ ਕਰੇ ਸ਼ੀਆ ਅਜ਼ਾਦਾਰ ਦੀ ਹਾਏ ਨਿਕਲੇ 5 ਮੁਹਰਮ ਹੈ, ਜਦੋਂ ਕਹਿੰਦਾ ਮੈਂ ਤੁਰ ਵੈਸਾ ਨਾ ਕਹੇ ਦੀ ਮੀਰਾਈ ਮੁਕਦੀ। ਯਾ ਅੱਲਾ ਭਲਾ ਭਲਾ ਉਹ ਵੈਣ ਕਰ ਦਰੋਂ ਜਵਾਨੀ ਹੋਈ, ਸ਼ਾਲਾ ਜਵਾਨੀ ਹੋਈ ਯਤੀਮ ਦੀ ਗੁਰਬਤ ਨੂੰ। ਬਿਸਮਿਲਾ ਭਾਈ ਜਾ, ਬਿਸਮਿਲਾ ਭਾਈ ਜਾ, ਨਾ ਕਹੇ ਦੀ ਕਮਰ ਤੁਰਸੀ, ਬਿਸਮਿਲਾ ਕਰਾ। ਮੈਂ ਤਾਂ ਮੁਕਾਣੀ ਜੀ ਸੈਦਾ ਮੁਕਾਣ ਝੱਲਣ ਆਇਆ ਖਲਾ। ਇੱਕ ਬੇਵਾ ਮਾਏ ਝੱਟ ਰੋ ਕੇ ਚੁੱਪ ਕਰ ਵੈਸੀ, ਤਰੀ ਖਾਲੇ ਇੰਨੇ ਅਮਜਦ ਬਿਰਾਜ ਜੁਮਲੇ ਲਿਖੇ ਖੇਮੇ ਦੇ ਬਾਹਰੋਂ, ਮੇਰੇ ਆਕਾ ਨੇ ਬਤਰੀਏ ਦੀ ਗੱਲ ਸੁਣੀ ਹੈ। ਸੱਡਾ ਨੇ ਕਾਸਿਮ ਲਈਆ ਹਾ ਨਾ ਲਾਇਆ ਨੇ, ਪੇਸ਼ਾਨੀ ਤੇ ਬੋਸ ਦਿੱਤਾ ਨੇ, ਉਹ ਮੇਰੇ ਭਰਾ ਦੀ ਸ਼ਕਾ ਨਾ ਲਾ, ਇਹ ਖੈਮੇ ਅੰਦਰ ਕਿਹੜੀ ਗੱਲ ਕੀਤੀ ਹੈ। ਅਦਾ ਚਾਚਾ ਮੈਂ ਆਖੇ ਅਕਬਰ ਤੁਰੇ ਨੁਕਸਾਨ ਹੈ, ਅਬਾਲ ਤੁਰੇ ਨੁਕਸਾਨ ਹੈ, ਸਿਆ ਦਾਦਾ ਯਾਦ ਰੱਖੇ ਉਹਨਾਂ ਤੁਰਦੇ ਤੁਰਨ ਨਾਲ ਮੇਰਾ ਇੱਕ ਇੱਕ ਨੁਕਸਾਨ ਹੈ, ਆਇਆ ਹੀ ਨਹੀਂ ਜਦਾ ਹੱਥ ਨਹੀਂ ਉੱਠਾ। ਸਿਆ ਦਾਦਾ ਯਾਦ ਰੱਖੇ ਤੇਰੇ ਤੁਰਨ ਨਾਲ ਮੇਰੇ 2 ਨੁਕਸਾਨ। ਆ ਆ ਮੇਰੀ ਸੈਣ ਇਹਨਾਂ ਦੀ ਮੁਕਾਣ ਛੱਲ ਮਰਹਬਾ ਅੱਲਾਹੁਮਾ ਜੈਲ ਵਲੀ ਇੱਕ ਫਰਜ ਆ ਮੇਰਾ ਬਾਹਰਵਾ ਇਮਾਮ ਇਹਨਾਂ ਦੀ ਹਾਇ ਲਗਾਵਾ ਹੌਸਲਾ। ਸਯਾਦਾ ਦਾ ਪਹਿਲਾ ਨੁਕਸਾਨ ਮੇਰੇ ਭਰਾ ਦੀ ਨਿਸ਼ਾਨੀ ਮੁੱਕ ਵੈਸੀ, ਦੂਆ ਨੁਕਸਾਨ ਸ਼ਰੀਫਾਂ ਨੂੰ ਪੁੱਤਰਾਂ ਨਾਲ ਧੀਆਂ ਬਹੁ ਪਿਆਰੀਆਂ ਆਇਓ ਮੈਡਾ ਅੱਲਾ। ਇੱਕ ਰਾਤ ਚ ਮੇਰੀ ਧੀ ਬੇਵਾ ਹੋ ਵਜਣਾ, ਮੈਂ ਮਰ ਜਾਂਦਾ ਤੇ ਜੁਮਲੇ ਭਰੀ ਜਵਾਨੀ ਨੱਬੜਦਾ। ਉਹ ਕਿਸੇ ਤਰ੍ਹਾਂ ਚਲੋ ਮੈਂ ਸਮਝਾ ਤੇ ਪੜਦਾ, ਤੇਰੇ ਇਸ ਸਕੂ ਖਾਨੂ ਆਣਾ ਜਗ੍ਹਾ ਬੁਆਣੇ, ਚਲੋ ਇੱਥੋਂ ਕੋਈ ਜਵਾਨ ਮੇਰਾ ਜਾ ਰਹੀ ਹੋਵੇ ਸਫ਼ਰ, ਕਿ ਮਾਂ ਦਾ ਕੜੀਅਲ ਜਵਾਨ ਪੁੱਤਰ ਜਾ ਰਹੀ ਹੋਵੇ, ਮਾਂ ਨੂੰ ਕੋਈ ਦੱਸ ਛੋੜੇ ਜੋ ਰਸਤੇ 'ਤੇ ਖਤਰਾ ਹੈ। ਐ ਚਾਚਾ ਬੋਲੋ, ਮਾਂ ਜਾਣ ਦਿੰਦੀ ਹੈ, ਬੋਲ ਮੇਰਾ ਜਵਾਨ ਵੀਰਾ, ਭੈਣਾਂ ਜਾਣ ਦਿੰਦੀਆਂ, ਮੂੰਹੇ ਨਹੀਂ ਹੱਥ ਲਾ ਕੇ ਦੇ ਨਹੀਂ ਜਾਣ ਦਿੰਦੀਆਂ। ਲਾਇਆ ਕੁਰਾਨ 5 ਮੈਂ ਸਿਰ ਤੇ ਰੱਖ ਦੇਣਾ, ਉਹ ਕਰਬਲਾ ਲਈ ਮਾਵਾ ਤੁਹਾਡੇ ਹੌਸਲੇ ਸਲਾਮ, ਅਜ਼ਾਦਾਰੋ ਸ਼ਰਾਦਾ ਮਾਂ ਦੇ ਖੇਮੇ ਹੈ ਤੇ ਬੀਬੀ ਦੀ ਪਈ ਨਿਗਾਹ, ਕਾਸਿਮ ਤੋਂ ਦੇਖ ਕੇ ਦੀ ਹਾਂ ਕਾਸਿਮ ਅੱਜਾ ਜੀਂਦਾ ਵਧਾ ਹੈ। ਵਾਹ ਵਾਹ ਮਰਹਬਾ ਵੇਣ ਬੁਲੰਦ ਕਰੀ, ਹੈ ਬੁਲੰਦ ਕਰੀ, ਮੈਂ ਤੇਰੇ ਤੇ ਤਦਾਂ ਰਾਜ਼ੀ ਹੋਸਾਂ ਜਿੱਦਾਂ ਸੋਹਣਾ ਅਕਬਰ ਦੀ ਲਾਸ਼ ਤੂੰ ਪਹਿਲੇ ਤੇਰੀ ਲਾਸ਼ ਤੇ। ਇਹ ਮੈਂ ਕਦੀ ਕਦੀ ਇਹ ਸਤਰ ਪੜ੍ਹਦਾ, ਅੱਜ ਮੇਰਾ ਆਪਣਾ ਦਿੱਲੇ ਜੋ 5 ਮੁਹਰਮ ਹੈ ਦਾ ਤੂੰ ਖੜਨੀ, ਮੈਂ ਪੜ੍ਹਾਂ ਮਾਂ ਦੀ ਵਸੀਅਤ ਤੇ ਮੂੰਹ ਮਾਤਮ ਕਰੇ, ਅਗਰ ਆਖੋ ਮਾਤਮੀ ਹੱਥ ਜਾਓ ਮੈਂ ਪੜ੍ਹ ਛੋੜਾਂ, ਤੁਹਾਡੀ ਹਾਏ ਨਿਕਲੇ ਨਾਲ ਗਵਾਹ ਬਣੇ, ਮਾਂ ਰੋ ਕੇ ਦੀ ਇਹ ਮਾਂ ਦੀ ਖਾਸ ਵਸੀਅਤ ਹੈ, ਕਰ ਪੂਰੀ ਤੋਂ ਦਿਖਲਾਵੇ, ਅਜਾ ਆਉਣ ਮੁਹੰਮਦ ਤੁਰਨ ਲਗੇ ਨੇ ਤੂੰ ਪਹਿਲੇ ਕਦਮ ਵਧਾਵੇ। ਤੇ ਰੋ ਕੇ ਆਦੀ ਸਤਰ ਹੈ ਰੋਵਣ ਵਾਲੀ, ਰੋ ਕੇ ਆਦੀ ਹੋਵੀ ਮਈਆ ਤਾਂ ਸੈਂਤੀਆਂ ਹਿੱਸੇ ਆਵੇ। ਯਾਦ ਹਰਾ ਯਾਦ ਹਰਾ, ਅੱਲਾਹ ਅਕਬਰ ਅੱਲਾਹ, ਹੌਸਲਾ ਮੇਰਾ ਜਵਾਨ ਹੌਸਲਾ, ਬਿਸਮਿਲਾ ਹੋ ਬਿਸਮਿਲਾ ਬਿਸਮਿਲਾ, ਆਦੀ ਹੋਵੀ ਮਈਆ ਤਾਂ ਸੈਂਤੀਆਂ ਹਿੱਸੇ ਆਵੇ। ਤੂੰ ਉਫਦਾ ਨਾ ਨਚਾਵੇਂ ਤੇ ਰੋ ਕੇ ਆਦੀ ਬਾਕੀ ਸਭ ਦੀਆਂ ਲਾਸ਼ਾਂ ਸਾਬਿਤ ਆਵੇਂ ਨਾ ਤੂੰ ਟੁਕੜਿਆਂ ਦੇ ਵਿੱਚ। ਅੰਮਾ ਤੋਂ ਆਖਿਆ ਨਾ ਇੱਕ ਯਤੀਮ ਵਾਅਦਾ ਕਰਦੇ, ਅੰਮਾ ਜਿਤਣੇ ਸ਼ਹੀਦ ਲਾਸਨ ਉਹਨਾਂ ਦੀਆਂ ਲਾਸ਼ਾਂ ਖੈਮੇ ਆਸਨ, ਹਰ ਮਾਂ ਪਚਣੇ ਸੀ ਮੇਰਾ ਪੁੱਤਰੇ ਮੇਰਾ ਬਿਰਾ, ਅੰਮਾ ਮੇਰੀ ਲਾਸ਼ ਨਾਲ ਸੀ ਮੈਂ ਟੁਕੜੇ ਤਕਸੀਮ। ਰੋ ਕਿਆ ਦਾ ਯਤੀਮ ਦੀ ਗੁਰਬਤ ਹੈ ਕਰਨ ਵਾਲਾ, ਰੋ ਕਿਆ ਦਾ ਅੰਮਾ ਤੈਨੂੰ ਪਤਾ ਹੀ ਨਹੀਂ ਲੱਗਣਾ ਮੇਰੇ ਪੁੱਤਰ ਦੇ ਗਾਨੇ ਵਾਲਾ ਹੱਥ ਕਿਹੜਾ, ਮੇਰੇ ਪੁੱਤਰ ਦੇ ਰੁਖਸਾਰ
ਮਾਂ ਲੈ ਕੇ ਤੁਰੀ ਹੈ, ਭਲਾ ਹੋਵੀ ਸ਼ਾਲਾ ਕੋਈ ਗਮ ਨਾ ਦੇਖੇ ਸਰਦਾਰ, ਮੈਂ ਦੁਆ ਖੜਾ ਕਰ। ਮਾਂ ਲੈ ਕੇ ਤੁਰੀ, ਮਾਂ ਲੈ ਕੇ ਬਾਬਾ ਤੁਰੀ ਹੈ, ਬਿਸਮਿਲਾ ਕਰ। ਮਾਂ ਲੈ ਕੇ ਅਮੀਰ ਬਿਰਾ, ਮੈਂ ਯਤੀਮ ਦਾ ਲਾਹਣਾ ਪਿਆ ਪੜਦਾ, ਇਹ ਮੋਮੇ ਨੇ ਨੀ ਨਾ ਮੇਰੇ ਨਾਲ ਕੀਤਾ ਵਾਦਾ, ਪੰਜੀ ਮੁਹਰਮ ਹੈ, ਸੈਦਾ ਤੁਹਾਡਾ ਨੁਕਸਾਨ ਹੈ, ਅੱਜ ਤੈਨੂੰ ਪਰਜੈਨੇ ਹੈ, ਹੁਕਮੀ ਜਵਾਨ ਦਿੱਤਾ ਜੋ ਯਤੀਮ ਦਾ ਲਾਹਣਾ ਸੁਣਾ। ਵੱਧ ਮੈਂ ਇਹਨਾਂ ਨਾਲ ਵਾਅਦਾ ਲੈ ਲਈ ਹੈ, ਜੋ ਹੰਜ ਨਾ ਆਵੇ ਹਾਏ ਕਰੇ ਜੋ ਮਾਂ ਰਾਜ਼ੀ ਜਾਵੇ। ਅਜ਼ਾਦਾਰੋ ਖੁਦਾ ਗਵਾਏ, ਮੈਨੂੰ ਦੇਖੇ ਮੇਰਾ ਜਵਾਨ ਮੇਰਾ, ਮਾਂ ਲੈ ਕੇ ਤੁਰੀ, ਗਰੀਬ ਨੇ ਆਉਂਦਾ ਦਿੱਠਾ। ਇਹ 70 ਬਜ਼ੁਰਗ ਪੜ੍ਹਦੇ ਹਨ, ਕੁਰਸੀ ਜੋੜੀ ਮੇਰੀ ਅੰਮਾ ਭਰਜਾਈ ਪਈ ਆਉਂਦੀ, ਅਤੇ ਬੀਬੀ ਆਦੀ ਗਰਜ਼ਾ ਲੈ ਆਉਂਦੇ ਰਹਿੰਦੇ। ਅੱਲਾ ਜਾਣੇ ਚੰਦ ਬੰਦੇ ਕਿਸ ਖਿਆਲ ਵਿੱਚ ਬੈਠੇ ਨੇ। ਉਹ ਯਾਦ ਰੱਖ, ਸਾਡੇ ਮਜ਼ਹਬ ਸ਼ਖਸੀਅਤ ਪ੍ਰਸਤੀ ਹਰਾਮ ਹੈ। ਜਿਹੜਾ ਆਦਾ ਫਲਾਂ ਆਵੇ ਤੇ ਰੋਵਣਾ, ਮਿਹਨਤ ਪਿਆ ਕਰਦਾ, ਉਲਮਾ ਲਿਖੇ ਤੇਰੇ ਰੋਵਣ ਵਾਸਤੇ ਬਿਸਤਰ ਤੇ ਕਾਫੀ ਹੈ ਦੋ ਲਫ਼ਜ਼, ਕਰਬਲਾ ਤੇ ਸ਼ਾਮ। ਹਾਏ ਮੇਰਾ ਅੱਲਾਹ, ਇੱਕ ਵਾਰੀ ਆਖ ਨਾ ਹੋਵੇ ਆ ਸ਼ਾਮ, ਬਲਾ ਵਿਸ਼ਾਲਾ ਬਿਰਾਵਾਂ ਦੇ ਜੋੜ ਸਲਾਮਤ ਰਹੇ। ਸੱਜੇ ਮੋਢੇ ਤੇ ਖਤਮ, ਮੈਂ ਕਰੀਬ ਆ ਗਿਆ ਜੀ ਵੈਣ, ਗੁਰਬਤ ਦੀ 17 ਮਜ਼ੀਦ ਛੁੜੇ। ਸੱਜੇ ਮੋਢੇ ਤੇ ਵਸੀਅਤ ਨਾਮਾ ਇਮਾਮੇ ਹਸਨ ਅਲੇ ਸਲਾਮ ਦੀ, ਕਿ ਦਾਵੀਂ ਦੇ ਨੀ ਜਦਾਂ ਮੈਦਾਨ ਕਰਬਲਾ ਕੁਰਬਾਨੀਆਂ ਟੋਰੇ, ਤੇ ਮੇਰਾ ਯਤੀਮ ਆਵੇ ਇਹਨੂੰ ਰੋਕੇ ਨਾ ਪੀਆ, ਮੈਂ ਚਾਹਨਾ ਜੋ ਮੇਰਾ ਹਿੱਸਾ ਵੀ ਸ਼ੋਦਾ ਵਿੱਚ ਸ਼ਾਮਿਲ ਹੋ। ਸੈਯਦਾ ਤਾਂ ਹੁਣ ਮਜਬੂਰੀ ਹੈ ਜੋ ਭਰਾ ਦੀ ਵਸੀਅਤ ਹੈ। ਇੱਥੇ ਇੱਕ ਬਜ਼ੁਰਗ ਆਦੇ ਹਨ, ਸ਼ਾਹ ਫਰਮਾਇਆ, ਉਹ ਮੇਰਾ ਸੋਹਣਾ ਬਚੜਾ, ਸ਼ਾਲਾ ਤੂੰ ਤਾਂ ਜੀਵੇਂ ਜਗ ਤੇ, ਚਾਚਾ ਤੇਰਾ ਜੀਂਦਾ ਵਧਾ, ਇੱਕ ਤੈਂ ਬਚੜੇ ਦੀ ਤਗ ਤੇ, ਆ ਹਸਨ ਭਰਾ ਮੈਨੂੰ ਯਾਦ। ਇਜਾਜ਼ਤ ਮਿਲੀ ਮਾਂ ਸਾਗੀ ਸ਼ਕਲ ਜਨਾਬੇ ਹਸਨ ਬਣਾਇਆ, ਖਾਨੂ ਆਣੇ ਵਾਲਿਆਂ ਇਹ ਪਹਿਲਾ ਸ਼ਹੀਦ ਹੈ ਜਿਹਨੂੰ ਗਰੀਬ ਆਪ ਆਪਣੇ ਹੱਥਾਂ ਨਾਲ ਬਾਬਾ ਘੋੜੇ ਤੇ ਸਵਾਰ ਕੀ। ਸ਼ਹਿਜ਼ਾਦਾ ਮੈਦਾਨ ਨੇ ਥੋੜ੍ਹਾ, ਮੇਰਾ ਭਰਾ ਆਵਾਜ਼ ਖੋਲੇ, ਇੱਕ ਮੈਂ ਦੁੱਖਾ ਵਹਿਣ ਕਰ ਲਉ, ਜਦਾਂ ਹੀ ਕੋਈ ਆਵੇ ਆ ਨਾ ਆਪਣਾ ਤਾਰੁਫ ਕਰਾਵੇ, ਆ ਮੈਂ ਕੌਣ ਆ, ਮੇਰੇ ਅੰਦਰ ਕਿਸ ਦਾ ਖੂਨ ਨੇ, ਹੁਣ ਤੋੜ ਤਾਂ ਮਜਮੇ ਦੀ ਹਾਏ ਨਿਕਲੇ, ਮਜਲਿਸ ਦਾ ਨਾਮ ਹੀ ਅਗਲੇ ਰੋਵੇ ਤੇ ਪਿਛਲੇ ਆਏ ਤਾਂ ਸਾਰੇ ਜਨਾਜ਼ ਦੇ ਉਹ ਤੋੜ ਤਾਂ ਹਾਏ ਨਿਕਲੇ। ਸ਼ਹਿਜ਼ਾਦੇ ਨਾਰਾ ਤਕਬੀਰ ਬੁਲੰਦ ਕੀਤਾ, ਹੱਕਰ ਮਾਰ ਕਹਿੰਦਾ ਖੜ ਕੇ ਲੜੋ, ਤੁਸਾਂ ਸਾਡਾ ਅਕਬਰ ਲਾਇਆ। ਵਾਹ 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 ਵਾਹ, ਭਲਾ ਭਲਾ ਜਵਾਨੀ ਹੋਈ ਆ, ਮਰਹਬਾ ਸ਼ਹਿਜ਼ਾਦਾ ਖੜ ਕੇ ਲੜੋ, ਤੁਸਾਂ ਮੇਰੇ ਚਾਚੇ ਨੂੰ ਗਰੀਬ ਸਮਝਿਆ। ਸ਼ਹਿਜ਼ਾਦੇ ਦੇ ਮੁਕਾਬਲੇ ਭਾਈ ਅਮੀਰ ਕੋਈ ਨਹੀਂ ਆਇਆ, ਇੰਨੇ ਰਿਵਾਇਤ ਔਰ ਤਾਰੀਖ ਲਿਖਦੀ ਹੈ। ਅੱਲਾ ਦੀ ਲਾਨਤ ਹੋਵੇ ਅਰਜ਼ਖਤ, ਵਾਜਿਬ ਲਾਨਤ ਕਰਨਾ ਦੁਸ਼ਮਣੇ ਅਹਿਲ ਬੈਤ ਸਾਰੇ ਕਰੋ। ਇਹ ਕੱਲਾ ਹਜ਼ਾਰਾਂ ਦੋ ਹਜ਼ਾਰਾਂ ਨਾਲ ਲੜਦਾ, ਉਹ ਕਹੇ ਮੇਰੀ ਤੋਂ ਹੀ ਨੇ, ਅੱਗੇ 13 ਸਾਲ ਆਉਂਦੇ, ਉਹ ਕਹੇ ਇਹਦੇ ਨਾਲ ਮੈਂ ਲੜਾਂ। ਇਹ ਇੱਕ ਮੰਜ਼ਰ ਇੱਥੇ ਜ਼ਹਿਨ ਦੇ ਰੱਖੇ, ਪਹਿਲਾ ਵੈਣ ਪਿਛਲੇ ਟਿੱਬੇ ਤੇ ਸਰਕਾਰ ਹੁਸੈਨ ਵੇ ਦੇਖ ਲੈਣ ਬਤਰੀਏ ਨੂੰ ਲੜਦਾ, ਬਈ ਅਲੀ ਮਰਾਨ ਉਸ ਤੋਂ ਪਿਛਲੇ ਟਿੱਬੇ, ਮੇਰੇ ਮੌਲਾ ਬਾਬੁਲ ਹਵਾਏ ਸਰਕਾਰੇ ਅੱਬਾਸ ਜਦੋਂ ਅਲਮ ਲਾਇਆ ਵੇ, ਉਹਡੇ ਦੇਖ ਲੈਣ ਦਰਵਾਜ਼ੇ ਤੇ ਮਲਕਾ ਸੰਜੋਬਾਰ। ਇਹ 70 ਮੈਂ ਮਾਵਾਂ ਤੇ ਭੈਣਾਂ ਦੇ ਹਿੱਸੇ ਦੀ ਪੜਦਾ, ਮਾਂ ਖੋਲ ਕੇ ਵਾਲ ਮੁਸੱਲੇ ਤੇ ਬੈਠੀ। ਹਾਏ ਉਹ ਮੇਰਾ ਅੱਲਾ, ਔਰ ਇਸ ਇੰਤਜ਼ਾਰ ਵਿੱਚ ਮੇਰਾ ਅੱਲਾ ਮੇਰੀ ਕੁਰਬਾਨੀ ਕਦਾ ਕਬੂਲ ਉਸ ਨਹੀਂ ਆ, ਉਸ ਪੁੱਤਰ ਭੇਜਣ ਆਸ਼ਮੀ ਖੂਨ ਜਲਾ ਲਿਚ ਹੈ, ਇੰਦਰ ਪੁੱਤਰਾਂ ਨੂੰ ਸ਼ਦਾ ਦੇ ਫਿਨਾਰ ਕੀਤਾ, ਪੁੱਤਰਾਂ ਦੇ ਡੁੱਖੇ ਚਾਤੇ ਇਸ ਕੁੱਤੇ ਤਲਵਾਰ ਚਾਈ। ਸ਼ਹਿਜ਼ਾਦੇ ਦੇ ਬਾਬਾ ਸਾਹਮਣੇ ਹੈ, ਤੁਸਾਂ ਚੁੱਪ ਕਰ ਗਏ ਹੋ, ਇਹਨੂੰ ਆਂਦਾ ਸ਼ਾਮੀਆਂ ਡਿੱਠਾ, ਇੱਕ ਵਾਰੀ ਤੋੜ ਤਾਈ ਮਾਤਮੀਆਂ ਦੇ ਹੱਥ ਮੈਨੂੰ ਨਜ਼ਰ ਆਵੇ, ਮੈਂ ਪਹਿਲਾਂ ਵੈਣ ਕਰਾਂ। ਅਲਹਮਦੁਲਿਲਾ, ਜਿਹੜੇ ਰੋਵਣ ਆਇਓ ਜਨਾਜ਼ੇ ਤੇ ਹੱਥ ਚੋ, ਅਲਹਮਦੁਲਿਲਾ ਸਾਰੇ ਮੁਕਾਣੀ ਹੋ।
تیری ہائے نکلے جو پردے چ ماں قاسم دی راضی او آئی ہوئی ہے نا بابا جنازہ ہے سائی وارث آئے ہوئے بابا اینو آندا شامیاں ڈٹھے کوفیاں ڈٹھے حسین ڈٹھے اے چاچا دروازے تے ملکہ زنجوار ڈٹھے تنی جوانی دی قسم ہے جویں ابا ڈٹھے گن کین ڈٹھا لاری سر تو اما مالا کے قدمات رکھے این ہاتھ جوڑ کے آدھے مولا ماد خالی ولن دوال دائی پا باد کر کے نمرا یا زہرا اے کربلا یا زہرا بھلا اس عمر دے بچے اپنے جنازے اند نہیں روندے بھلا ہوئی ماتم کرنا آوازاں دا عید نال میں لڑ سکدا یا میرا بابا علی صدقے 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 بھلا حوصلہ میرا بھیرا اج تساں گھر تائیں روون بسم اللہ اجے تم وین تہاڈے حصے دے جوان کر لے اللہ گواہ امام ابا نہا نال سیدہ دا لڑنا نہیں میں غریب یا سیدہ یا سیدہ میں سوال کرے نا بھائی امیر عباس جدا ساڈے تے اوکھا ویلا بن جاوے سارے ماتمی اول تو آخر تائیں بولو کے کرے نے علم جت لین دعا منگنے ہیں بھائی میرا دعا منگنے ہیں قبول ہوندی ہے ہن ماتمی تو کر سوال جدا غازی تے اوکا ویلا بنیا کے کریا علی دی اندھیاں دے خیمے غازی یاد آوے یا میں پڑھ نہیں سکنا یا اینا اوکھی سطر سن نہیں سکنا بھلا بائیں کھڑیاں کر کے روانا ابا سدا دعا منگاوانا یا میرا یتیم بدل او ماتمی جوان او قاسم دی ماں علی دی اکھیاں اٹھائیاں جد قاسم دی ماں مصلی عبادت بیٹھی ائی آدیاں قاسم دی ماں ساڈے نانے دا فرمان ہے پتر دے کوئی اوکھا ویلا بن جاوے ماں سر دے وال کھولے ماں دعا منگے اللہ راد نہیں کرے لا آواز آندا مانگ دعا او ساڈا غازی ودا رو مرحبا مرحبا آو بسم اللہ را دے دیو میرے بھرام چونکہ ہن سید دو رل گئے ہیں بابا جی اجازت دے میرا عزت والا بھرا بابا جی بھائی نلین عباس چونکہ دو سید ہیں نقصان ساڈے گھر دا ہے اگر میرے نال رلو تے انہاں دی مکان جھلیے چا جتنے زدار ہائے کرتے روندے پے ہن ہاتھ چو انتظار مکا دیو ہاتھ چو جڑے ماتمی ہو قاسم دی ماں دی میرے اللہ شہادت ہاشمیاں دا ورثہ ہے کہے کولو مغلوب ہاشمیاں دا ورثہ نہیں او مڑا کریم اللہ میرے یتیم نو فتح لے ابا دعا منگا کے میدان آیا غازی دی آواز آئی سونا لال گھوڑے دی واگ جھال رکابا چو اٹھی کے وار کار تیڈا پتھر دا جگر تا لئی سزا دے وار کی تے لئی فلا رویا ہے ابا دی خوش حسین خوش جدا مانو پتا لگے آدھی جیڈا سوڑا دا لڑ دے او آج بابا ہوئی مادم کر آدھی سوڑا دا لڑ دے آدن کلے نہیں سارے مل کے حملہ کرو میں وین ماتمیاں دا کرنا جد حکم ایک اتا دا شہزادہ تو جنگ ودا کرن ذرا مڑ کے دے اشارہ کرن چا ذرا مڑ کے دے تو آڈے خیمے انو بھا لگے
ਉਹ ਆਇਆ ਹੀ ਨਹੀਂ ਜਦੀ ਹਾਏ ਨੀ ਨਿਕਲੀ ਅਜ਼ਾਦਾਰੋ ਸ਼ਹਿਜ਼ਾਦੇ ਮੁੜ ਕੇ ਦਿੱਤਾ ਇੰਨਾ ਵਾਰ ਕੀਤਾ ਸ਼ਹਿਜ਼ਾਦੇ ਦੁਦੀਨ ਛੁੱਟੀਏ ਲਾਦੀ ਜਾਤ ਚਾਚੇ ਨੂੰ ਹੱਕਲ ਮਾਰੀਏ ਰੋ ਕੇ ਆਦਾ ਪੀਆ ਯਤੀਮ ਨਵਾਜ਼ ਮਾਤਮ ਸਰਦਾ ਓ ਯਤੀਮ ਸਮਝ ਹੁਣ ਲਾਸ਼ ਯਤੀਮ ਤੇ ਆਵਾਜ ਤੈਨੂੰ ਵਾਸਤੇ ਮਾਰੀ ਯਾ ਹੁਸੈਨ ਓ ਚਾਦਰ ਦਾ ਮੇਰੀ ਤਾ ਤੋ ਲਹਨਾ ਕੇਵਲ ਆਵਾਜ਼ ਰੋਕਿਆ ਦੇ ਮੇਰੇ ਫਸ ਗਏ ਪਏ ਓ ਰੱਗਾ ਮੈਂ ਦੱਸੇਨਾ ਅਗਰ ਅੱਖ ਸੋਏ ਫਿਰਾ ਜਿਹੜੀ ਹਾਲਤ ਬਣੀ ਹੈ ਕਰਬਲਾ ਗਰੀਬ ਹੁਸੈਨ ਯਾ ਹੁਸੈਨ ਇਹਨੇ ਹੱਥ ਲੱਭ ਲੈ ਯਾਰ ਆਵਾਜ਼ਾਂ ਨੇ ਬੋਲਿਆ ਮੇਰੇ ਭਰਾ ਦੀ ਨਿਸ਼ਾਨੀ ਬਛੜਾ ਟੁਕੜੇ ਜਵਾਲਾਂ ਦਾ ਚਾਚਾ ਮੈਂ ਇੱਥੇ ਲੱਥਾ ਕਹਿ ਕੱਲੀ ਜਵਾਲ ਹੈ ਚਾਚਾ ਮੈਂ ਇੱਥੇ ਲੱਥਾ ਸ਼ਬੀਰ ਟੁਕੜੇ ਵਧਾ ਚਾਹੁੰਦਾ ਹੀ ਪਾਸ ਨਾਲ ਆਵਾਜ਼ ਆਇਆ ਇਹ ਗਾਣੇ ਵਾਲਾ ਹੱਥ ਲਈ ਆ ਮੈਂ ਹਸਾਨ ਆ ਗਿਆ ਓ ਮੈਂ ਬਛੜੇ ਦੀ ਲਾ ਬਾਬਾ ਜਵਾਨਾਂ ਦੀਆਂ ਲਾਸ਼ਾਂ ਕਿਤਣੇ ਚੰਦ ਬੋਲੋ ਮਾਤਮੀ ਬੰਦੇ ਪਿਆ ਦਿਨ ਚਾਰ ਭਾਈ ਨਲੈਨ ਚਾਰ ਚਾਹੁੰਦੇ ਲਿਆ ਕੁਰਾਨ ਮੈਂ ਸਰ ਤੇ ਰੱਖਦਾ ਮੈਂ ਇਸ਼ਾਰਾ ਕਰਦਾ ਤੇਰੀ ਜ਼ਿੰਦਗੀ ਦਰੋਵਣ ਵਾਲੇ ਸ਼ਬੀਰ ਬਤਰੀਏ ਨੂੰ ਈਨ ਨਹੀਂ ਚਾਹਿਆ ਉਹ ਜਵਾਨੋ ਈਨ ਨਹੀਂ ਚਾਹਿਆ ਸੈਯਦ ਈਨ ਚਾਹਿਆ ਆਦਾ ਹੈ ਅੱਲਾਹ ਹੁਣ ਰਾਜ਼ੀ ਹੈ ਯਾ ਹੁਸੈਨ ਜਦਾ ਖੈਮੇ ਖਿਲਾਇਆ ਹੈ ਮਾਂ ਦੀ ਹੈ ਮੇਰੇ ਬੱਚੜੇ ਨੂੰ ਦਫਲਾਇਆ ਕਿਉਂ ਲੈ ਵੀ ਰੋ ਕੇ ਸੈਯਦ ਆਦਾ ਹੈ ਜੇ ਦਫਨ ਦੇ ਕਾਬੇ ਓਲਾ ਹੱਥ ਹੈ ਤਮਾਦਾ ਓਲਾ ਸ਼ੋਦੀ ਆਦਾ ਬਾਲ ਵਿੱਚ ਮੈਂ ਦਫਨਾਇਆ ਮੈਨੂੰ ਕੋਈ ਟੁਕੜਾ ਪੜਾਵੇਣ ਮਾਤਮੀ ਆਖੋ ਪੜਾਵੇਣ ਹੱਥ ਚਾਹੋ ਜਿਹੜੇ ਮਾਤਮੀ ਹੋ ਅੱਲਾ ਗਵਾਹ ਹੱਥ ਚਾਹੋ ਜਿਹੜੇ ਮਾਤਮੀ ਹੋ ਵੇਣ ਤੁਹਾਡੇ ਹਿੱਸੇ ਦਾ ਪੰਜੀ ਮੁਹਰਮ ਹੈ ਦਾਤ ਘਟ ਲਈ ਸਾਰੇ ਕਰੇ ਸੋ ਮਾਤਮ ਸਯਾਦਾ ਦਾ ਜਲਦੀ ਕਰੋ ਬੰਦਰੀ ਨੂੰ ਆਖੋ ਸ਼ਹਿਜ਼ਾਦੇ ਨਾਲ ਬੋਲੇ ਬਾਬਾ ਬੰਦਰੀ ਆਈਏ ਰੋ ਕੇ ਆਦੀਏ ਉੱਠੀ ਜਾ ਵੇ ਗਾਣੇ ਵਾਲਿਆ ਆ ਕਿਵੇਂ ਲੱਥਾ ਹੈ ਖਬਰ ਸੁਣਾ ਆਇਆ ਗਾਲ ਮੈਨੂੰ ਸਮਝ ਵੇਣ ਆਖਰੀ ਪਹਿਲੇ ਮਾਤਮ ਮੈਂ ਕਰਦਾ ਮੈਂ ਸਯਦਾ ਉਹਦੇ ਬਾਅਦ ਮੈਂ ਤੈਨੂੰ ਮਾਤਮ ਦੀ ਦਾਵਤ ਦੇਣ ਜਿਹੜਾ ਆਦਮ ਹੈ ਸ਼ੀਆ ਮੈਂ ਸ਼ੀਆ ਦੇ ਘਰ ਪੈਦਾ ਹੋਇਆ ਮੈਂ ਕਾਲੇ ਕੱਪੜੇ ਪਾਏ ਮੈਂ ਧੀਆਂ ਭੈਣਾਂ ਰਲਾ ਕੇ ਪੰਜੀ ਨੂੰ ਰੋਵੇਣ ਆਇਆ ਬਾਬਾ ਬੰਦਰੀ ਆਈਏ ਟੁਕੜੇ ਚਾਇਲ ਆਦੀਏ ਬੋਲ ਮੈਂ ਲੁੱਟੀ ਗਈ ਹੁਣ ਰੋਣਾ ਹੈ ਵਾਹ ਕਰਨ ਦੇ ਮਾਤਮ ਮਰਨ ਦੇ ਯਾਰ ਯਤੀਮ ਦਾ ਮਾਤਮ ਕਰਨ ਦੇ ਹੱਥ ਲਾ ਆਦੀਏ ਬੋਲ ਮੇਰੇ ਵਾਲ
खुल गए आदि बोल मेरे मान मुक गए वो जवान जटा आवाज नहीं आया आदि आज पता लग गए अमीर अमीर बोले गरीब गरीब बोले टुकड़ा जवान का कोई फर्क नहीं तेरा प्यो इमाम है मेरा प्यो इमाम है बाबा जी टुकड़िया ते तड़पिए सारा पिंडाल करे माता मवेल करा रो क्या दी बड़ा फर्क है तू अमीर दा पुत्र अमीर जो है तैनो मिलना गरीब दी दी आई है ओ मेरे पे के साबर मारे गए तैनो मिलना बिरावा سامعین محترم ذاکر اہل بیت سید گوہر عباس شاہ صاحب آپ سرگودا ایک دو اعلان سماعت فرما لو مجلس پاک دے کل مجلس ہے با مقام امام برکا کسری عباس بستی نجم آباد میں اکاڈا سید نجم الحسن شرازی ٹھیک 9:30 پرسن امداد عباس ابوذری ذاکر اختر عباس غدیری صاحب اور بھی ملک کے نام اور ذاکری نظام پرسن مومنین دی خدمات دی التماس سے وقت فون کے ثواب عظیم حاصل کریں 28 محرم الحرام خنڈ دا بیڑ نت جامع آباد اوتھے مجلس ہے جس تے وی ملک دے نام پر رضا کریں علماء کرام پڑھتے مومنین دی خدمت دل تماس سے وقت پہنچ کے ثواب عظیم حاصل کرے ذاکر دنیا دا موت برنام کاری القصید روح قصیدہ شیری بیاں اندری بے گلستان زہرا سید الذاکرین ایک موت برنام مالک انہاں دی زندگی دراز فرمائے سید زرغام عباس بخاری دے فرزند جناب قبلہ سید نالین عباس بخاری سے ذکر محمد و آل محمد بیان فرما رہے ہیں اور انہاں دے فرزند بعد ذاکر اہل بیت امیر عباس سپرا آف گجرات ذاکر اہل بیت سویب مہدی صاحب آف شیخوبرا موجود ہیں ممبر تھے دو میں بھیرا جیدہ حکم ہویا وہ ممبر دے پڑھ لی سی درود پڑھو آل محمد دے ذات میں ٹھیک ہو گیا جی نے دوبرے ظہور حجت خدا بسم اللہ الرحمن الرحیم اللهم كل وليك الحجت ابن الحسن علیہ السلام صلواتک علیہ والا بیہ فی اعظی سات و فی کل سال من سات لے انہار مریم و حافظ مقائد مناصر و دلیل مبائینا اتاو تسکنہو ورزکتو متمتے اہو فیہا